ਪਕੜੇ ਹੋ, ਕਿਆ ਚੀਜ਼ ਹੈ ਜੀ? ਮਾਸ਼ਾਅੱਲਾ ਜੀ, ਟਿੰਗਰਾ ਅੱਗੇ ਵੀ ਆ ਪਿਆ ਸੀ। ਹੈ ਇਹ ਬੱਚਾ ਆ ਜਾਏ ਖੇਰਮਾ ਆ, ਓਏ ਖੇਰਮਾ ਆ ਨਾ ਜਾ, ਇਹ ਖੇਰਮਾ ਆ ਨਾ। ਚਿਣੀ ਦੀ ਲਿਗੜੀ ਜੀ ਬਾਹਰ ਦਾ ਅੱਗਾ ਲਾਫ ਨਾ ਗਈ ਲੱਕੜੀ ਪਿੰਡੀ ਆ ਆਟੋ। ਕੋਣੀ ਜੀ ਕੋਣੀ ਜੀ ਛਿਣੀ ਸੁਣੀ ਕੋਣੀ ਖੁੰਡੀ ਆ? ਉਹ ਮੈਂ ਪਤਾ ਤੁਸਾਂ ਵੀ ਖੁੰਡੇ ਹੋ, ਪਰ ਕਿਆ ਵਜ੍ਹਾ ਜੀ? ਨੀਲੀ ਨਹੀਂ ਹੈ ਲੱਕੜੀ ਪਿੰਡੀ ਹੈ, ਨਾਲੇ ਛੀਣੀ ਜਿਹੜੀ ਹੈ ਨਾ ਆਈ ਆਏ ਆ ਕੰਮ ਕਰੋ ਨਾ। ਐ ਤਾਂ ਕਹਿੰਦਾ ਟੋਕਾ ਵੀ ਉੱਠ ਗਈ ਖਲਾਂ। ਹੁਣ ਗਈ ਨੇ, ਹੁਣ ਠੋਕੋਸ, ਹੁਣ ਛੀਣੀ ਠੋਕੋਸ ਉਸ। ਇਹ ਜਾਸੀ ਨੇ ਹੁਣ ਗਈ, ਹੁਣ ਗਈ ਨੇ। ਆ ਜਾ ਆ ਜਾ ਆ ਜਾ ਆ ਜਾ ਲਾ ਆ ਜਾ। ਇਹ ਬੱਚਾ ਆ ਜਾਏ ਖੇਰਮਾ ਆ, ਓਏ ਖੇਰਮਾ ਆ ਨਾ ਜਾ, ਇਹ ਖੇਰਮਾ ਆ ਨਾ। ਇਹ ਤਾਂ ਕੁਝ ਮਾਸ਼ਾਅੱਲਾ ਲੇਲਾ, ਇਹ ਬੱਚਾ ਆ ਜਾ, ਇਹ ਅਗਲੇ ਸਾਲ ਮੁਨਸੀ ਹੈ, ਇਹ ਜੂਨੂ ਨਹੀਂ, ਇਹ ਜਿਹਾ ਬੱਚਾ ਆ ਬਿਲਕੁਲ। ਇਹ ਵੀ ਇਕੱਲਾ ਤਾਂ ਇਹ ਵੀ ਲਾਡਲਾ ਬੜਾ, ਇੰਨਾ ਨਾ ਇਸ ਤਰ੍ਹਾਂ ਕਹਿਣਾ ਇਸ ਨੂੰ ਮਾਨ ਨਾ, ਤਾਂ ਜਿੱਧਰ ਜਾਣਾ ਪਿੱਛੇ ਪਿੱਛੇ। ਮਾਨ ਟੁਰੇ ਨਾਲ ਟੁਰਸੀ ਤੁਹਾਡੇ ਪਿੱਛੇ ਨਾ ਨਿਸਰਿਆ ਨਹੀਂ? ਇਹ ਤਾਂ ਕੁਝ ਹੀ ਤੀਤੇ ਜਾਓ ਨਾਲ ਟੁਰੀ ਪੈਣਾ, ਇਸਨੀ ਇਹ ਬੜੀ ਖਾਸੀਅਤ ਹੈ। ਨਮਾਲ ਦੌੜਨਾ ਵੀ ਹੈ ਕੋਣੀ, ਮੈਂ ਨਾ ਲੈਣਾ ਤਾਂ ਨਹੀਂ, ਇਹ ਹਰ ਬੰਦੇ ਪਿੱਛੇ ਟੁਰੀ ਪੈਣਾ, ਇਹ ਗੱਲੋਂ ਚੰਗਾ ਆ। ਜਿੱਦਾਂ ਜਾਓ ਪਿੱਛੇ ਪਿੱਛੇ ਚਰਨਾ ਵੀ ਹੈ ਕੋਣੀ, ਚਰਨਾ ਮਾੜਾ ਜਨਕ ਅਸਰ ਇਕੱਲਾ ਨਾ ਜਿਹੜਾ ਨਾ ਲੁਕੀ ਰਿਹਾ ਵਾ ਤਾਂ ਆਈ ਕੋਰ ਨਾਲ ਕਿਨਸੋ ਨਾ ਤੇ ਫਿਰ ਚਰਸੀ ਹੈ ਇਹਨਾਂ ਨੇ ਖਾਸੀਅਤ, ਇਕੱਲਾ ਕਦਾ ਵੀ ਨਹੀਂ ਕਰਨਾ ਇਹ, ਜਿੱਥੇ ਮੁੰਡੀ ਥੱਲਾ ਕਰੀ ਨਾ ਤਾਂ ਟੁਰੀ ਪੜੇ, ਇਹਨਾਂ ਕੋਈ ਪਤਾ ਨਹੀਂ ਅਸਾਂ ਕਿੱਥੇ ਜਾਣੇ ਹੋਏ, ਜਦ ਤੱਕ ਅੱਜੜਨਾ ਨਾ ਵੈ ਤਬ ਤਰ ਨਹੀਂ ਉਹ ਜਾਣਾ, ਨਹੀਂ ਤਾਂ ਕੋਸ ਨੇ ਪਿੱਛੇ ਉਹ ਜਾਣਾ ਪਿਆ ਗਿਆ। ਸਲਾਮ ਅਲੈਕੁਮ ਜੀ, ਉਮੀਦ ਕਰਸਾਂ ਸਾਂ ਸਾਰੇ ਠੀਕ ਹੋ ਸੋ। ਅੱਜ ਜੀ ਐਵੇਂ ਜੀ ਫਿਰ ਅੱਜ ਸ਼ਿਕਾਰ ਹੈ ਨਹੀਂ, ਵੀਡੀਓ ਨੰਬਰ ਕਿੰਨੀ ਤਾਂ 6 ਜਨਾਬ।
ਠੀਕ ਹੈ ਜੀ। ਅੱਜ ਸ਼ਿਕਾਰ ਕੋਈ ਥੋੜ੍ਹੇ ਟਾਈਮ ਵੈਸਾ ਕਸਾਂ, ਕਿਉਂਕਿ ਅੱਜ ਸ਼ਿਕਾਰ ਪਰ ਆਏ ਹਾਂ ਜੀ ਬਿਚਕਲਾਂ ਨੂੰ, ਮਾੜੇ ਕੋਲ ਤਕਰੀਬਨ ਕੋਈ 25-30 ਆਕ ਜਾਂ 25 ਆਕ ਸਨ, ਉਹ ਵੀ ਨਿੱਕੀਆਂ ਨਿੱਕੀਆਂ, ਬਿਲਕੁਲ ਸਮਾਲ ਸਾਈਜ਼। ਮਤਲਬ ਅੱਜ ਤੱਕਣੇ ਤਾਂ ਆਏ ਹਾਂ ਕਿ ਕਿਆ ਕੋਈ ਸ਼ੁਗਲ ਮੇਲਾ ਹੋਣਾ ਇੰਨਾ ਪਰ, ਅਤੇ ਬਿਚਕਲਾਂ ਪਰ ਅੱਜ ਜਿਹੜਾ ਨਾ ਮਾੜਾ ਫਸਟ ਐਕਸਪੀਰੀਅੰਸ ਹੈ ਇਸ ਸੀਜ਼ਨ ਨਾਲ, ਠੀਕ ਹੈ। ਅਤੇ ਤੱਕਣੇ ਆ ਕਿਆ ਸ਼ੁਗਲ ਹੋਣਾ, ਤਾਂ ਦੂਈ ਪਾਣੀਆਂ ਨੇ ਗੱਲ ਕੀਤੀ ਦੀ ਆ ਜਨਾਬ, ਤੁਹਾਨੂੰ ਤੱਕੀ ਦਾ ਰਾਣ ਉਸ ਇਹ ਤੱਕੀ ਸਕਣ ਜੀ, ਰੋਲਾ ਪਏ ਐਸੇ ਜੀ ਕਿ ਪਾਣੀ ਵੱਡੀ ਸਪੀਡਾਂ ਲੱਗਦਾ, ਬਲਕਿ ਮੈਂ ਵੀ ਇੱਕ ਵੀਡੀਓ ਬਣਾਈ ਸੀ ਉਸ ਤਰ੍ਹਾਂ ਵਾਕਈ ਸਪੀਡਾਂ ਸੀ। ਇਹ ਤੱਕੀ ਸਕਣੇ ਬਾੜੀ ਤੱਕੀ ਦੇ ਨਾ, ਇਹ ਪਾਣੀ ਗਿਆ ਨੇ ਲਈ ਇੱਥੋਂ, ਪਾਣੀ ਇਹ ਇੱਥਾਂ ਦੀ ਐ ਨੇ ਐ ਤੱਕਾ, ਠੀਕ ਹੈ। ਹੁਣ ਪਾਣੀ ਇੱਥੋਂ ਵਾਪਸ ਜਾਣਾ ਪਿਆ, ਉਹ ਇਸ ਤਰ੍ਹਾਂ 400 ਜਾ, ਇਹ ਨਹੀਂ ਕਿ ਜਾ ਲੈਣਾ ਪਿਆ ਪਾਣੀ ਜਾਂ ਝੱਟ ਸੀ, ਕਿਉਂਕਿ ਪਾਣੀਆਂ ਜਾਂ ਪਿੱਛਾ ਥੋੜ੍ਹੀ ਜਿਹੀ ਲੋੜ ਪਈ ਗਈ, ਲਿਆਦਾ ਪਾਣੀ ਜਿਹੜਾ ਨਾ ਛਿੱਕਿਆ ਨੇ ਥੋੜ੍ਹਾ ਜਿਹਾ। ਅਤੇ ਹੁਣ ਜੁਲੇ ਹਾਂ, ਕੋਈ ਪੁਆਇੰਟ ਲਾਉਂਦੇ ਹਾਂ, ਅਤੇ ਫਿਰ ਕੋਈ ਤੱਕਣੇ ਆ ਕਿਆ ਕੋਈ ਸ਼ੁਗਲ ਮਾਂ ਦੀ ਲੈਸਾ ਨੱਕੇ ਬਜੁਲੇ ਹਾਂ ਅੱਗੇ, ਅਤੇ ਤੱਕਣੇ ਆ ਫਿਰ ਜੀ ਜਨਾਬ। ਇਹ ਪੁਆਇੰਟ ਮਾਸ਼ਾਅੱਲਾ ਤੱਕਣੇ ਆ, ਇੱਥੇ ਬਹਿਣੇ ਆ ਇਸ ਜਗ੍ਹਾ, ਠੀਕ ਹੈ। ਡੋਰਾਂ ਨੂੰ ਤਕਰੀਬਨ ਇੱਕ ਹੀ ਡੋਰ ਹੀ ਆਉਂਦੀ ਵੀ ਮੈਂ ਫਿਲਹਾਲ, ਅਤੇ ਇਹ ਜਗ੍ਹਾ ਥੋੜ੍ਹੀ ਜਿਹੀ ਥੋੜ੍ਹੀ ਜਿਹੀ ਹੈ ਇਸਰਾ ਇਸਰਾ ਅੜੀਆਂ ਥੱਲੇ ਨਾਲ ਨਾਲ, ਫਿਰ ਗੈਸਟ ਹੈ ਬੈਸਰਾ, ਚਲੋ ਦੇਖਦੇ ਹਾਂ ਕੀ ਹੋਣਾ। ਅਗਲਾ ਜਿਹੜਾ ਸਾਡਾ ਪੁਆਇੰਟ ਸੀ ਨਾ ਪਹਿਲੇ ਜਿਹੜਾ ਮੈਂ ਆਉਣਾ ਸਾ, ਉੱਥੇ ਪਾਣੀ ਗਿਆ ਸੀ, ਉਹ ਪਾਣੀਆਂ ਵਿੱਚ ਹੈ, ਠੀਕ ਹੈ। ਚਲੋ ਪਾਣੀ ਉੱਥੇ ਜਿੰਨੀ ਲੱਥਾ, ਉਹ ਜਗ੍ਹਾ ਪਾਰ ਵੀ ਚੰਗੀ ਸੀ, ਬਹਰਹਾਲ ਉੱਥੇ ਜੈ ਵਿਚਕਾਰ ਪਾਣੀ ਹੈ, ਉਹ ਬਾਹਰ ਵੀ ਜਗ੍ਹਾ ਠੀਕ ਹੈ, ਉਹ ਵੀ ਠੀਕ ਹੈ, ਕਲੋਜ਼ ਜਗ੍ਹਾ ਹੈ, ਪਰ ਮੈਂ ਸੋਚਿਆ ਇੱਥੇ ਹੀ ਬਣੇ ਆ, ਕੈਸਾ ਦੂਰ ਜਾਣੇ ਨੂੰ ਲੋੜ ਕਿਆ ਹੈ, ਜਾਣੇ ਉਹ ਅਲੱਗ ਯਾਦ ਕਰੇ ਇੱਥੇ ਹੀ ਲਾਉਣੇ ਆ ਜੀ। ਦੋਸਤੋ ਬਿਚਕਲਾਂ ਠੀਕ ਹੈ, ਇਹਦੇ ਕੈਮਰੇ ਤੁਸੀਂ ਬੜੀਆਂ ਦਿਸੀਆਂ ਵੈਸੇ, ਇਹ ਬਣੀਆਂ ਲੋਕਾਂ ਤੋਂ ਬੜੀਆਂ ਮੁਸ਼ਕਲਾਂ ਲੱਗਣੀਆਂ, ਇੱਕ ਡੋਰ ਲਾਈ ਆਇਆ ਦੱਸ ਬਿਚਕਲਾਂ ਪਹਿਲਾਂ, ਚਲੋ ਟਰਾਈ ਕਰਨੇ ਆ ਇਸਨੇ, ਪਰ ਕਾਕ ਸੱਟਿਆ ਇਹ ਲੱਗਾ ਸੀ ਨਾਲ, ਮੈਂ ਚਲੋ ਟਰਾਈ ਕਰਨੇ ਆ, ਤਾਂ ਇੱਕ ਦੂਈ ਸੱਟਸਾ ਹੁਣ ਤੱਕਣੇ ਆ ਫਿਰ ਕਿਆ ਬਣਨਾ ਜਨਾਬ। ਇੱਕ ਚਾਲ ਮਿਸ ਕਰੀ ਉੜੀ, ਇਸ ਕਾਕਾ ਪਰ ਚਾਲ ਹੋਈ ਹੈ, ਠੀਕ ਹੈ, ਇਹ ਜਿਹਾ ਲੱਗੇ ਆ ਇਸਨੇ ਕਾਕ ਡੁੱਬਾ ਹੋਇਆ ਸੀ, ਅਤੇ ਟਿੰਗਰਾ ਇੱਥਾਂ ਆਉਂਦੀ ਜਨਾਬ, ਉੱਥੋਂ ਪਾਣੀਆਂ ਵਿੱਚ ਹੀ ਤਕਰੀਬਨ ਕੋਈ 10 ਕਿਲੋ ਗਈ ਛੂਟ ਮਾਰਨੀ, ਅਜਾ ਕੱਚਾ ਜਿਹਾ ਮੂੰਹ ਬਾਇਆ ਅਸਾਂ ਕਾਕ ਡੁਬਾਇਆ ਹੋ ਸੀ। ਚਲੋ ਹੈਰ ਕੋਈ ਗੱਲ ਨਹੀਂ, ਇਸ ਤਰ੍ਹਾਂ ਮਤਲਬ ਹੈ ਕਿ ਕੁਝ ਨਾ ਕੁਝ ਕਾਮਯਾਬੀ ਹੋ ਸੀ, ਕੋ ਉਮੀਦ ਨਹੀਂ ਕਿਰਨ ਜਾ ਗਈ, ਅੱਗੇ ਤੱਕ ਜੋ ਰੱਬ ਕੀ ਮਨਜ਼ੂਰ ਫਿਰ ਬਣਨੀ। ਹਾਂ ਜੀ ਦੋਸਤੋ, ਇਹ ਚਾਹ ਲਈ ਹੈ ਇੱਕ, ਇੱਧਰ ਹੋ ਸਕਦਾ ਪਿੱਛਾ ਕਰ ਲਾ, ਪਿੱਛਾ ਪਿੱਛਾ ਹੋ ਤੱਕਣੇ ਹੋ, ਕਿਆ ਚੀਜ਼ ਹੈ ਜੀ ਮਾਸ਼ਾਅੱਲਾ ਜੀ, ਟਿੰਗਰਾ ਚੈੱਕ ਕਰੋ ਜਨਾਬ, ਮਾਮਾ ਸ਼ਰਾਪੁਰ ਹੈ, ਚੈੱਕ ਕਰੋ ਜਨਾਬ, ਬਸ ਠੀਕ। ਇਹ ਦੇਖੀ ਜੀ ਜਨਾਬ, ਪਹਿਲਾ ਸ਼ਿਕਾਰ ਸਾਡਾ ਗਿਆ ਜਾਲੀ ਵਿੱਚ, ਮਾਸ਼ਾਅੱਲਾ ਜੀ ਚਾਲ ਜਾ ਰਹੀ ਹੈ, ਇੱਕ ਹੋਰ ਬੱਚਾ ਹੀ ਨਾ ਵੈ, ਇਹ ਨਹੀਂ ਪਤਾ ਬੜ ਲੈ ਕੇ ਡੋਰ ਖੜੀ ਹੈ ਕਿੱਧਰ, ਪੋਸ ਕਰੀ ਪੋਸ ਪਤਾ ਹੀ ਨਾ ਕਿੱਥੋਂ ਕਰਨੇ, ਪੋਸ ਕਰੀ ਮਾਸ਼ਾਅੱਲਾ ਜੀ, ਇਸ ਸੀਜ਼ਨ ਆ ਪੈਰਾ ਤਲਾ ਪਿਆ ਜੀ, ਐਂ ਤੱਕੋ ਜੀ ਸਾਈਜ਼ ਅੱਗੇ ਵੀ ਆ ਪਿਆ ਸੀ ਹੈ,
ਚੈੱਕ ਕਰੋ ਜੀ। ਠੀਕ ਹੈ ਜੀ, ਇਸ ਅਸਾਂ ਜੀ ਰਿਲੀਜ਼ ਕਰ ਸਕਾਂ, ਕਿਉਂਕਿ ਇਹਨਾਂ ਨੇ ਇਸ ਵੇਲੇ ਜਿਹੜਾ ਨਾ ਬਰੀਡਿੰਗ ਦਾ ਸੀਜ਼ਨ ਹੈ, ਤਾਂ ਬੱਚੇ ਨਾ ਲਾਉਣੇ ਫਿਲਹਾਲ ਇਹਨਾਂ ਨੇ। ਕੋਸ਼ਿਸ਼ ਮਾੜੀ ਹੈ ਜੀ, ਡੈਮੇਜ ਨਾ ਹੋਇਆ ਇਹ। ਜਾਓ ਜੀ ਬਸ। ਦੋਸਤੋ ਆਉਂਦੀ ਆ ਰਹੀ ਹੈ ਜੀ ਜਨਾਬ, ਉਹ ਤੱਕੀ ਸਕਣ ਪਾਰ ਮੈਰੇ ਦਾ ਜਨਾਬ, ਮਿੱਟੀ ਉੱਡਣੀ ਪਈ ਹੈ ਆਸਤਾ ਆਸਤਾ ਜਨਾਬ, ਇਹ ਤੱਕੀ ਸਕਣੀ ਹੋਈ ਪਰ ਪੀਲੀ ਪੀਲੀ ਚੜੀ ਵੀ ਸਭ ਆਉਂਦੀ ਲੱਗੀ ਸ਼ਨੀ। ਇਹਦੇ ਥੰਪਾਲ ਵਾਲੀ ਸਾਈਡ ਵੀ ਤੱਕੋ, ਪੀਲੀ ਪੀਲੀ ਤੋੜ ਉੱਡਣੀ ਪਈ ਹੈ ਇਹ ਨਾਲ ਨਾਲ, ਪਾਣੀ ਵੀ ਹੱਲਾ ਜਾਣਾ ਸਾ ਹੈ ਜੀ, ਵਾਹ ਕਿਤੋਂ ਅਛਣੀ ਪਈ ਹੈ। ਚੰਗਾ ਪਲਾ ਸ਼ਾਂਤ ਪਾਣੀ ਖਲਤਾ ਹੋ ਸੀ, ਕਾਂ ਵੀ ਰੌਲਾ ਪਾਇਆ ਵੀ ਨਹੀਂ ਪਤਾ ਲੱਗਿਆ ਆ ਹੀ ਗਿਆ। ਹਾਂਜੀ ਦੋਸਤੋ, ਉਮੀਦ ਕਰ ਸਕਾਂ ਕਿ ਅੱਜ ਦੀ ਵੀਡੀਓ ਚੰਗੀ ਲੱਗੀ ਸੀ। ਮੈਂ ਵੀਡੀਓ ਅੱਜ ਮਿਕਸ ਟਾਈਪ ਬਣਾਈ ਹੈ, ਤਾਂ ਉਮੀਦ ਕਰ ਸਕਾਂ ਕਿ ਚੰਗੀ ਲੱਗ ਸੀ। ਤਾਂ ਮਿਕੀ ਦਿਓ ਇਜਾਜ਼ਤ, ਅੱਲਾ ਸੋਹਣੇ ਵਾਲਾ, ਇਨਸ਼ਾਅੱਲਾ ਮਿਲ ਸਕਾਂ ਕਿ ਨੈਕਸਟ ਵੀਡੀਓ ਵਿੱਚ।